ਸਮਾਜ ਦੇ ਤੁਸੀਂ ਕੱਲੂ ਕਰਦੇ ਜਿਹੜੇ ਅੱਜ ਕੱਟ ਕੇ ਦੇਖੇ ਕੀ ਕਹਿਣਾ ਚਾਹੁੰਦੇ ਬਾਰੇ? 1984 ਵਿੱਚ ਦਰਬਾਰ ਸਾਹਿਬ 'ਤੇ ਹਮਲਾ ਹੋਇਆ, ਭਾਰਤ ਦੀਆਂ ਫੌਜਾਂ ਨੇ ਕੀਤਾ ਹਮਲਾ, ਇੰਦਰਾ ਗਾਂਧੀ ਦੇ ਕਹਿਣ 'ਤੇ ਕੀਤਾ, ਉਹਨਾਂ ਦੇ ਇਹ ਹਰ ਸਾਲ ਸ਼ਹੀਦੀ ਸਮਾਗਮ ਕੀਤੇ ਜਾਂਦੇ ਨੇ, ਉਹਨਾਂ ਮਹਾਨ ਸ਼ਹੀਦਾਂ ਨੂੰ ਯਾਦ ਕਰਕੇ ਉਹਨਾਂ 'ਤੇ ਆਪਣਾ ਚਰਨਾਂ 'ਤੇ ਆਪਣਾ ਨਮਸਕਾਰ ਕੀਤਾ ਜਾਂਦਾ ਆ। ਅੱਜ ਦੇ ਤੁਸੀਂ ਕੁਲਕਰ ਕੀ ਕਹਿਣਾ ਚਾਹੁੰਦੇ ਹੋ? ਜੂਨ 1984 ਦੇ ਵਿੱਚ ਨਿਰੰਜਨ ਪਾਤਸ਼ਾਹ ਜੀ ਦੇ ਸ਼ਹੀਦੀ ਦਿਹਾੜੇ ਉੱਤੇ ਦਰਬਾਰ ਸਾਹਿਬ ਦੇ ਵਿੱਚ ਔਰ ਵੱਖ ਵੱਖ ਗੁਰਦੁਆਰਿਆਂ ਦੇ ਵਿੱਚ ਨਸਮੱਚਰ ਪਾਉਣ ਵਾਸਤੇ ਆਈ ਸੰਗਤ ਦੇ ਉੱਤੇ ਜਿਸ ਤਰ੍ਹਾਂ ਉਸ ਸਮੇਂ ਦੀ ਕਾਂਗਰਸ ਸਰਕਾਰ ਵੱਲੋਂ ਅਟੈਕ ਕੀਤਾ ਗਿਆ ਔਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸ਼ਹੀਦ ਸਿੰਘ ਸਿੰਗਲੀਆਂ ਨੂੰ ਸ਼ਹੀਦ ਕਰ ਦਿੱਤਾ ਗਿਆ, ਉਹਨਾਂ ਨੂੰ ਨਸਮੱਤਕ ਹੋਣ ਵਾਸਤੇ, ਉਹਨਾਂ ਨੂੰ ਸਜਦਾ ਕਰਨ ਵਾਸਤੇ ਅੱਜ ਸਾਡੇ ਵੀਰ ਸੁਰਜੀਤ ਸਿੰਘ, ਗੰਗਾ ਪੀੜਤ ਪ੍ਰਧਾਨ ਔਰ ਬੀਬੀ ਗੁਰਦੀਪ ਕੌਰ, ਉਹਨਾਂ ਨੇ ਜੋ ਇਹ ਵਿਸ਼ੇਸ਼ ਉਪਰਾਲਾ ਸੁਖਮੀ ਸਾਹਿਬ ਦਾ ਪਾਠ ਕਰਕੇ ਔਰ ਕੀਰਤਨ ਕਰਵਾ ਕੇ ਕੀਤਾ, ਮੈਂ ਉਹਨਾਂ ਦਾ ਧੰਨਵਾਦ ਕਰਦਾ ਔਰ ਉਹਨਾਂ ਸਾਰੇ ਹੀ ਸ਼ਹੀਦਾਂ ਨੂੰ ਮੈਂ ਨਸਮਸਤਕ ਹੁੰਦਾ, ਉਹਨਾਂ ਨੂੰ ਸਜਦਾ ਕਰਦਾ। ਔਰ ਜਦੋਂ ਤੋਂ ਇਹ ਕਾਂਡ ਹੋਇਆ ਉਦੋਂ ਤੋਂ ਲੈ ਕੇ ਅੱਜ ਤੱਕ ਵੀ ਸਿੰਘਾਂ ਦੇ ਨਾਲ ਵਧੀਕੀਆਂ ਹੁੰਦੀਆਂ ਆਈਆਂ ਨੇ। ਜੇ ਅੱਜ ਦੀ ਵੀ ਗੱਲ ਕਰੀਏ ਦਰਬਾਰ ਸਾਹਿਬ ਦੇ ਵੱਖ ਵੱਖ ਗੁਰਦੁਆਰਿਆਂ ਵਿੱਚ ਜੂਨ 1984 ਹੋਏ ਸ਼ਹੀਦਾਂ ਨੂੰ ਨਹੀਂ ਭੇਟ ਕਰਦਾ, ਸਜਦਾ ਕਰਦਾ, ਵਾਹਿਗੁਰੂ ਜੀ ਕਾ ਖਾਲਸਾ। ਭਾਰਤੀ ਫੌਜ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਜ਼ਖਮੀ ਕੀਤਾ ਗਿਆ, ਜਿਹੜੇ ਹਜ਼ਾਰਾਂ ਸਿੰਘ ਸਿੰਘ ਮੈਂ ਸਿੱਖਾਂ ਨੂੰ ਮਾਰ ਕੇ ਇਹਨਾਂ ਨੂੰ ਖਤਮ ਕਰਕੇ ਹਿੰਦੁਸਤਾਨ ਦੇ ਵਿੱਚ ਰਾਜ ਕਰਾਂਗੇ।